ਦੇਖੋ ਸਾਡੇ ਸੈਨਿਕ ਸਾਡੀ ਸੁਰੱਖਿਆ ਲਈ ਕਿੱਥੇ ਬੈਠੇ ਆ? ਬਾਰਡਰਾਂ 'ਤੇ, ਠੀਕ ਹੈ। ਤੁਸੀਂ ਪਬਲਿਸਿਟੀ ਲੈਣ ਲਈ ਇਹ ਜਿਹੜੇ ਕੰਮ ਕਰਦੇ ਹੋ, ਪਬਲਿਸਿਟੀ ਲੈਣ ਲਈ ਇਹ ਕੰਮ, ਬਿਲਕੁਲ ਇਹ ਫਿਲਮਾਂ ਇਹ ਬੰਦ ਕਰ ਦਿਉ। ਇਹੋ ਹੀ ਪਾਕਿਸਤਾਨ ਦੇ ਕੌਂਡਲ ਸਾਹਿਬ ਜਿਹਨੇ 1971 ਦੀ ਜੰਗ ਵਿੱਚ ਸਾਡੇ ਫੌਜੀ ਸ਼ਹੀਦ ਕੀਤੇ, 1965 ਦੀ ਜੰਗ 'ਚ, 1999 ਦੀ ਜੰਗ 'ਚ, ਕਿਉਂਕਿ ਤੁਸੀਂ ਪਬਲਿਸਿਟੀ ਲੈਣ ਲਈ ਗੁਰੂ ਰੰਧਾਵਾ ਵਰਗੀ ਜਿਹੜੀ ਫਿਲਮ ਸ਼ਾਹਕੋਟ ਵਰਗੀ ਜਿਹਨੇ ਪਹਿਲੇ ਪਬਲਿਸਿਟੀ ਲੈਣ ਲਈ ਇਹ ਕੰਮ ਜਿਹੜਾ ਕੀਤਾ ਇਹ ਬੰਦ ਕੀਤਾ ਜਾਵੇ। ਲੋਕ ਸਵਾਲ ਕਰਦੇ ਨੇ ਫਿਲਮ ਸ਼ਾਹਕੋਟ ਦਾ ਵਿਰੋਧ ਕਿਉਂ, ਮੈਂ ਇੱਕੋ ਇੱਕ ਗੱਲ ਦਾ ਜਵਾਬ ਦਿਆਂਗਾ। ਭਾਰਤ ਦੀ ਧਰਤੀ ਉੱਤੇ ਭਾਰਤ ਮੁਰਦਾਬਾਦ ਦੇ ਨਾਅਰੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ, ਭਾਰਤ ਦੀ ਧਰਤੀ ਉੱਤੇ ਪਾਕਿਸਤਾਨ ਜਿੰਦਾਬਾਦ ਦੀ ਨਾਅਰੇਬਾਜ਼ੀ ਬਰਦਾਸ਼ਤ ਨਹੀਂ ਕੀਤੀ। ਫਿਲਮ ਸ਼ਾਹਕੋਟ ਦੇਸ਼ ਨੂੰ ਵੇਚਣ ਦੀ ਖਾਤਰ ਵੇਚ ਕੇ ਇਹਨਾਂ ਨੇ ਪੈਸਿਆਂ ਦੀ ਖਾਤਰ ਸਿਰਫ ਦੇਸ਼ ਨੂੰ ਵੇਚਿਆ, ਹੋਰ ਇਸ ਫਿਲਮ ਦਾ ਕੋਈ ਮੈਸੇਜ ਨਹੀਂ ਹੈ, ਕੋਈ ਮਕਸਦ ਨਹੀਂ ਹੈ, ਮੈਟਰ ਹੋਰ ਬੜੇ ਸੀ। ਅੱਜ ਪਵਿਲੀਅਨ ਮੋਲ ਦੇ ਵਿੱਚ ਜਿਹੜੀ ਫਿਲਮ ਲੱਗੀ ਹੈ ਗੁਰੂ ਰੰਧਾਵਾ ਦੀ, ਦੇਖੋ ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਇਹ ਚੀਜ਼ ਕਹੂੰਗਾ ਕਿ ਸਾਰੇ ਸ਼ਿਵ ਸੈਨਿਕਾਂ ਨੇ ਪੰਜਾਬ ਦੇ ਵਿੱਚ ਜਿਹੜੀ ਫਿਲਮ ਦੇਖਣ ਗਏ ਸੀ, ਕੱਲ੍ਹ ਅਸੀਂ ਚੰਡੀਗੜ੍ਹ ਗਏ ਹਾਂ ਕਿ ਇਹਨਾਂ ਨੇ ਸਾਨੂੰ ਇੱਕ ਆਸ਼ਵਾਸਨ ਦਿੱਤਾ ਸੀ ਕਿ ਫਿਲਮ ਦੇ ਵਿੱਚੋਂ ਸੀਨ ਕੱਟਾਂਗੇ। ਅੱਜ ਸਾਰੇ ਸ਼ਿਵ ਸੈਨਿਕ ਭਰਾ ਫਿਲਮ ਦੇਖਣ ਲਈ ਜਿਹੜੇ ਕਿ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਸਾਰੇ ਆਏ ਹੋਏ ਨੇ, ਅਲੱਗ ਅਲੱਗ ਸ਼ਹਿਰਾਂ ਵਿੱਚ ਫਿਲਮ ਚੱਲੀ, ਉਹ ਸਾਰੇ ਦੇਖਣ ਗਏ ਨੇ। ਔਰ ਇੱਕ ਚੀਜ਼ ਕਹਿਣਾ ਚਾਹੁੰਦਾ ਵਾਂ ਮੈਂ ਗੁਰੂ ਰੰਧਾਵਾ ਨੂੰ ਕਿ ਦੇਖੋ ਸਾਡੇ ਸੈਨਿਕ ਸਾਡੀ ਸੁਰੱਖਿਆ ਲਈ ਕਿੱਥੇ ਬੈਠੇ ਆ? ਬਾਰਡਰਾਂ 'ਤੇ, ਠੀਕ ਹੈ। ਤੁਸੀਂ ਪਬਲਿਸਿਟੀ ਲੈਣ ਲਈ ਇਹ ਜਿਹੜੇ ਕੰਮ ਕਰਦੇ ਹੋ, ਪਬਲਿਸਿਟੀ ਲੈਣ ਲਈ ਇਹ ਕੰਮ, ਬਿਲਕੁਲ ਇਹ ਫਿਲਮਾਂ ਇਹ ਬੰਦ ਕਰ ਦਿਉ, ਕਿਉਂਕਿ ਜੇ ਫਿਲਮ ਬਣਾਉਣੀ ਹੈ ਤੁਸੀਂ ਸਾਡੇ ਫੌਜੀ ਸਾਹਿਬਾਨਾਂ 'ਤੇ ਬਣਾਓ, ਜੇ ਫਿਲਮ ਬਣਾਉਣੀ ਹੈ ਸਾਡੇ ਫੌਜੀਆਂ ਲਈ, ਦੇਸ਼ ਲਈ, ਸਾਡੇ ਜਿਹੜੇ ਕੰਮ ਕਰ ਰਹੇ ਆ ਦੇਸ਼ ਦੀ ਸੇਵਾ ਲਈ ਉਹਨਾਂ ਲਈ ਫਿਲਮ ਬਣਾਓ। ਜਿਹੜੀ ਤੁਸੀਂ ਪਾਕਿਸਤਾਨ ਦੇ ਜਿਹੜੇ ਹੀਰੋ, ਜਿਹੜੇ ਪਾਕਿਸਤਾਨ ਦੇ ਜਿਹੜੇ ਕਲਾਕਾਰ ਤੁਸੀਂ ਪ੍ਰਮੋਟ ਕਰ ਰਹੇ ਹੋ ਉਹ ਬਿਲਕੁਲ ਬੰਦ ਕਰ ਦਿਉ, ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨੇ, ਕਿਉਂਕਿ ਕਲਾ ਸਾਡੇ ਹਿੰਦੁਸਤਾਨ 'ਚ ਵੀ ਕਲਾਕਾਰ ਬਹੁਤ ਨੇ ਜਿਨ੍ਹਾਂ ਨੂੰ ਅਸੀਂ ਬਿਲਕੁਲ ਆਪਣਾ ਅੱਗੇ ਲੈ ਕੇ ਜਾਈਏ, ਹੌਸਲਾ ਅਫਜਾਈ ਕਰੀਏ, ਕਿਉਂਕਿ ਤੁਸੀਂ ਪਬਲਿਸਿਟੀ ਲੈਣ ਲਈ ਗੁਰੂ ਰੰਧਾਵਾ ਵਰਗੀ ਜਿਹੜੀ ਫਿਲਮ ਸ਼ਾਹਕੋਟ ਵਰਗੀ ਜਿਹਨੇ ਪਹਿਲੇ ਪਬਲਿਸਿਟੀ ਲੈਣ ਲਈ ਇਹ ਕੰਮ ਜਿਹੜਾ ਕੀਤਾ ਇਹ ਬੰਦ ਕੀਤਾ ਜਾਵੇ। ਜਕਰਾਈ ਵੀਰ ਬਜਰੰਗੇ ਹਰ ਹਰ ਮਹਾਦੇਵ। ਲੋਕ ਸਵਾਲ ਕਰਦੇ ਨੇ ਫਿਲਮ ਸ਼ਾਹਕੋਟ ਦਾ ਵਿਰੋਧ ਕਿਉਂ, ਮੈਂ ਇੱਕੋ ਇੱਕ ਗੱਲ ਦਾ ਜਵਾਬ ਦਿਆਂਗਾ। ਭਾਰਤ ਦੀ ਧਰਤੀ ਉੱਤੇ ਭਾਰਤ ਮੁਰਦਾਬਾਦ ਦੇ ਨਾਅਰੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ, ਭਾਰਤ ਦੀ ਧਰਤੀ ਉੱਤੇ ਪਾਕਿਸਤਾਨ ਜਿੰਦਾਬਾਦ ਦੀ ਨਾਅਰੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਹ ਲੋਕ ਕਹਿੰਦੇ ਨੇ ਸੱਚ ਦਿਖਾ ਰਹੇ ਸੀ, ਫਿਲਮ ਸ਼ਾਹਕੋਟ ਪ੍ਰੇਮ ਗਾਥਾ ਅਸਲੀ ਪ੍ਰੇਮ ਕਹਾਣੀ। ਪਰ ਸਾਡਾ ਵੀ ਇੱਕ ਸਵਾਲ ਹੈ, ਸੱਚ ਤਾਂ ਹੋਰ ਕੁਛ ਵੀ ਹੈ। ਪਾਕਿਸਤਾਨ 'ਚ ਗੁਰਦੁਆਰੇ ਤੋੜੇ ਜਾਂਦੇ ਨੇ, ਮੰਦਰ ਤੋੜੇ ਜਾਂਦੇ ਨੇ, ਉਹਨਾਂ 'ਤੇ ਫਿਲਮ ਕਿਉਂ ਨਹੀਂ ਬਣਾਈ ਜਾਂਦੀ? ਇਹ ਕਿਉਂ ਨਹੀਂ ਦਿਖਾਉਂਦੇ ਵੀ ਜਿਹੜਾ ਸੰਸਦ 'ਤੇ ਹਮਲਾ ਹੋਇਆ ਪਾਕਿਸਤਾਨ ਨੇ ਕਰਾਇਆ, ਜਿਹੜਾ ਪੰਜਾਬ 'ਚ ਅੱਤਵਾਦ ਰਿਹਾ ਉਹ ਪਾਕਿਸਤਾਨ ਦੀ ਸ਼ਹਿਰ 'ਤੇ ਰਿਹਾ, ਉਹ ਕਿਉਂ ਨਹੀਂ ਸੱਚ ਦਿਖਾਉਂਦੇ? ਇਹ ਸੱਚ ਕਿਉਂ ਨਹੀਂ ਦਿਖਾਉਂਦੇ? ਜਦੋਂ ਬਟਵਾਰਾ ਹੋਇਆ ਪਾਕਿਸਤਾਨ 'ਚ ਹਿੰਦੂ ਸਿੱਖਾਂ ਦੇ ਪਰਿਵਾਰ ਦੀ ਆਬਾਦੀ 90% ਸੀਗੀ, ਅੱਜ ਉਹ ਆਬਾਦੀ ਘੱਟ ਕੇ 2% ਕਿਉਂ ਰਹਿ ਗਈ? ਬਾਕੀ 13% ਦੀ ਆਬਾਦੀ ਕਿੱਥੇ ਗਈ? ਜਿੰਦਾ ਵੀ ਹੈ ਜਾਂ ਮਾਰ ਦਿੱਤੀ ਗਈ ਆ? ਫਿਲਮ ਸ਼ਾਹਕੋਟ ਦੇਸ਼ ਨੂੰ ਵੇਚਣ ਦੀ ਖਾਤਰ ਵੇਚ ਕੇ ਇਹਨਾਂ ਨੇ ਪੈਸਿਆਂ ਦੀ ਖਾਤਰ ਸਿਰਫ ਦੇਸ਼ ਨੂੰ ਵੇਚਿਆ, ਹੋਰ ਇਸ ਫਿਲਮ ਦਾ ਕੋਈ ਮੈਸੇਜ ਨਹੀਂ ਹੈ, ਕੋਈ ਮਕਸਦ ਨਹੀਂ ਹੈ, ਮੈਟਰ ਹੋਰ ਬੜੇ ਸੀ। ਮੈਟਰ ਸੀਗਾ ਫੌਜੀਆਂ ਦੇ ਉੱਤੇ ਜਿਹੜਾ ਅਟੈਕ ਹੁੰਦਾ, ਸਿਰ ਕੱਟ ਕੇ ਲੈ ਜਾਂਦੇ ਆ, ਉਸ ਮੈਟਰ 'ਤੇ ਵੀ ਫਿਲਮ, 1990 ਦੇ ਵਿੱਚ ਹਿੰਦੂਆਂ ਨਾਲ ਹੋਇਆ ਉਸ ਮੈਟਰ 'ਤੇ ਫਿਲਮ ਬਣ ਸਕਦੀ ਸੀ? ਸੱਚ ਦਿਖਾਇਆ ਹੀ ਨਹੀਂ ਗਿਆ, ਸੱਚ ਵਾਲੀ ਕੋਈ ਗੱਲ ਹੀ ਹੈ ਨਹੀਂ ਉਹਦੇ ਵਿੱਚ। ਫਿਲਮ ਇੱਕ ਆਈਨਾ ਹੁੰਦਾ, ਕੋਈ ਆਈਨਾ ਨਹੀਂ ਦਿਖਾਇਆ ਗਿਆ, ਸਿਰਫ ਪੈਸੇ ਕਮਾਉਣ ਦੀ ਖਾਤਰ ਗੁਰੂ ਰੰਧਾਵੇ ਨੇ ਇਹ ਫਿਲਮ ਬਣਾਈ ਹੈ। ਉਹਦੇ ਵਿੱਚ ਚਾਹੇ ਉਹਨੂੰ ਦੇਸ਼ ਵੇਚਣਾ ਪਿਆ, ਮੈਨੂੰ ਤਾਂ ਲੱਗਦਾ ਵੀ ਇੱਦਾਂ ਦੇ ਪ੍ਰੋਡਿਊਸਰ ਐਕਟਰ ਪੈਸਿਆਂ ਲਈ ਆਪਣੀ ਮਾਂ ਭੈਣ ਨੂੰ ਵੀ ਵੇਚਣ ਤੋਂ ਗੁਰੇਜ਼ ਨਹੀਂ ਕਰਨਗੇ। ਸੋ ਸਾਰੇ ਲੋਕਾਂ ਨੂੰ, ਸਾਰੇ
ਸਾਡੇ ਪੰਜਾਬੀਆਂ ਨੂੰ, ਸਾਡੇ ਦੇਸ਼ ਵਾਸੀਆਂ ਨੂੰ ਇਸ ਫਿਲਮ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ, ਕਿਉਂਕਿ ਤਾਂ ਕਿ ਅੱਗੇ ਤੋਂ ਜਿਹੜਾ ਵੀ ਡਾਇਰੈਕਟਰ ਪ੍ਰੋਡਿਊਸਰ ਐਕਟਰ ਇੱਦਾਂ ਦਾ ਕੋਈ ਮੈਸੇਜ ਲੈ ਕੇ ਆਵੇ ਜਾਂ ਕੋਈ ਮੈਟਰ ਲੈ ਕੇ ਆਵੇ, ਉਹਨੂੰ ਪਤਾ ਹੋਵੇ ਕਿ ਮੇਰੀ ਫਿਲਮ ਦਾ ਬਾਈਕਾਟ ਹੋਏਗਾ। ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਪਵੇਲੀਅਨ ਮੋਲ ਦੇ ਵਿੱਚ ਜਿਹੜੇ ਸ਼ਾਹਕੋਟ ਦਾ ਫਿਲਮ ਦਾ ਵਿਰੋਧ ਕਰ ਰਹੇ ਸੀ ਲੋਕ, ਉਸ ਫਿਲਮ ਨੂੰ ਡਾਇਰੈਕਟਰ ਨੇ ਅਪੀਲ ਕੀਤੀ ਸ਼ਿਵ ਸੈਨਿਕਾਂ ਨੂੰ ਕਿ ਤੁਸੀਂ ਆ ਕੇ ਪਹਿਲਾਂ ਫਿਲਮ ਦੇਖੋ, ਅਗਰ ਤੁਹਾਨੂੰ ਕੋਈ ਚੀਜ਼ ਇਤਰਾਜ਼ ਲੱਗੇ ਤਾਂ ਅਸੀਂ ਉਹ ਸੀਨ ਕੱਟ ਦਾਂਗੇ। ਬਾਕੀ ਕਹਿੰਦੇ ਆ ਇਹਨੇ ਸੀਨ ਕੁਛ ਕੱਟੇ ਵੀ ਨੇ, ਅਸੀਂ ਜਾ ਕੇ ਦੇਖਦੇ ਹਾਂ ਵੀ ਜੇ ਫਿਲਮ 'ਚ ਕੋਈ ਸੀਨ ਉਲਟਾ ਨਜ਼ਰ ਆਇਆ ਤਾਂ ਅਸੀਂ ਫਿਲਮ ਉਸੇ ਟਾਈਮ ਹੀ ਬੰਦ ਕਰਾਵਾਂਗੇ। ਔਰ ਗੁਰੂ ਰੰਧਾਵੇ ਨੂੰ ਕਹਿ ਦਈਏ ਵੀ ਇੱਕ ਗੱਲ ਕਹਿਣੀ ਚਾਹਵਾਂਗੇ, ਤੂੰ ਫਿਲਮ ਬਣਾ ਵੀ ਪਾਕਿਸਤਾਨ ਜੰਮੂ ਕਸ਼ਮੀਰ ਨੂੰ ਦੇ ਰਿਹਾ, ਪਾਕਿਸਤਾਨ ਜੰਮੂ ਕਸ਼ਮੀਰ ਹਿੰਦੁਸਤਾਨ ਨੂੰ ਦੇ ਰਿਹਾ, ਅਸੀਂ ਗੱਜ ਵੱਜ ਦਾ ਪ੍ਰਚਾਰ ਕਰਾਂਗੇ। ਗੁਰੂ ਰੰਧਾਵਾ ਫਿਲਮ 'ਚ ਪ੍ਰਚਾਰ ਕਰੇ ਦੇਸ਼ ਦਾ, ਪ੍ਰਚਾਰ ਕਰੇ ਭਾਰਤ ਦੇ ਸੰਵਿਧਾਨ ਦਾ, ਪ੍ਰਚਾਰ ਕਰੇ ਭਾਰਤੀ ਲੋਕਾਂ ਦਾ, ਤਾਂ ਅਸੀਂ ਖੁੱਲ੍ਹ ਕੇ ਸਮਰਥਨ ਕਰਾਂਗੇ। ਤਾਂ ਗੁਰੂ ਰੰਧਾਵਾ ਕਰ ਕੀ ਰਿਹਾ ਵੀ ਪਾਕਿਸਤਾਨ ਨੂੰ ਪ੍ਰਮੋਟ, ਸਾਡੇ ਦੇਸ਼ ਅਸੀਂ ਕਦੇ ਨਾ ਹੋਣ ਦਿੱਤਾ ਨਾ ਕਦੇ ਹੋਣ ਦੇਵਾਂਗੇ। ਇਹੋ ਹੀ ਪਾਕਿਸਤਾਨ ਦੇਸ਼ ਹੈ ਕੌਂਡਲ ਸਾਹਿਬ, ਜਿਹਨੇ 1971 ਦੀ ਜੰਗ ਵਿੱਚ ਸਾਡੇ ਫੌਜੀ ਸ਼ਹੀਦ ਕੀਤੇ, 1965 ਦੀ ਜੰਗ 'ਚ, 1999 ਦੀ ਜੰਗ 'ਚ।